ਸੋ ਰੀਆ ਦੀ ਖੂਬਸੂਰਤ ਜੀ ਪਰਫਾਰਮੈਂਸ ਤੁਹਾਨੂੰ ਕਿਵੇਂ ਲੱਗੀ? ਤੁਸੀਂ ਕਲੈਪਿੰਗ ਦੇ ਨਾਲ ਇਹ ਤੁਹਾਨੂੰ ਦੱਸ ਹੀ ਦਿੱਤਾ, ਬਟ ਨੈਕਸਟ ਪਰਫਾਰਮੈਂਸ ਦੀ ਤੁਹਾਨੂੰ ਹੋਰ ਇੰਤਜ਼ਾਰ ਬਿਲਕੁਲ ਨਹੀਂ ਕਰਨਾ ਪੈਣਾ, ਕਿਉਂਕਿ ਨੈਕਸਟ ਪਰਫਾਰਮੈਂਸ ਹੈ ਜੀ ਨਿਤਿਕਾ ਦੀ, ਜੋ ਕਿ ਬਹੁਤ ਜ਼ਿਆਦਾ ਐਕਸਾਈਟਿਡ ਹੈ ਬੈਕ ਸਟੇਜ ਤੇ ਡਾਂਸ ਕਰਨ ਦੇ ਲਈ। ਆਓ ਦੇਖਦੇ ਹਾਂ ਜਿਸ ਦਾ ਡਾਂਸ। ਇਸ਼ਕ ਦੇ ਹਾਦਸੇ ਵਾਲਾ
ਵਰਨਾ ਰੂਪਸੀ ਮੇਕਓਵਰ ਹੋਟਲ ਗੁਲਮੋਹ ਇਸ ਦੇ ਨਾਲ ਅਸੀਂ ਨੈਕਸਟ ਪਰਫਾਰਮਰ ਨੂੰ ਬੁਲਾਉਂਦੇ ਹਾਂ ਭਾਵਨਾ ਪ੍ਰੀਤ ये सब हटा रहे सावन की घड़ा चल अपना चला चल अपना चला चल दे के सदा
ਪਰਮੇਸ਼ਰ ਵੇ ਮੈਂ ਲੋਂਗ ਤੂੰ ਲੱਚੀ ਤੇ ਰੂਪੀ ਨਾ ਮੈਂ ਗਵਾਚੀ ਸੋਚੋ ਮੈਨੂੰ ਕੀ ਮਿਲਿਆ ਹੋਣਾ ਬਦਲੇ ਚ ਕੋਈ ਜੋ ਸਭ ਨੂੰ ਦਾ ਮੰਮੀ ਵੱਲੋਂ ਚੁੱਤੀਆਂ ਹੋਰ ਕੀ ਮਿਲਦਾ ਮੈਨੂੰ ਮੈਨੂੰ ਕਿਹੜਾ ਮੰਮੀ ਨੇ ਮਿਠਾਈ ਦੇਣੀ ਲੱਭ ਤਾਂ ਖਾ ਲੈ ਡਾਂਸ ਕਰਕੇ ਰੱਖਿਆ ਵੈਸੇ ਬਚਪਨ ਚ ਹੁੰਦਾ ਸੀ ਨਾ ਘਰੇ ਕੋਈ ਗੈਸਟ ਆਉਂਦੇ ਸੀ ਤੇ ਹਰ ਬੱਚੇ ਚ ਨਾ ਟੈਲੈਂਟ ਹੁੰਦਾ ਮੰਮੀ ਆਉਂਦੀ ਕਹਿੰਦੀ ਹੈ ਗੈਸਟ ਦੇ ਸਾਹਮਣੇ ਬੇਬੀ ਬੇਬੀ ਇਹ ਕਰਕੇ ਦਿਖਾਓ ਕਰਕੇ ਦਿਖਾਓ ਕਰਕੇ ਦਿਖਾਓ ਆਈ ਨੋ ਤੁਹਾਡੇ ਸਾਰੇ ਚ ਵੀ ਬਹੁਤ ਟੈਲੈਂਟ ਹੈ ਹੁਣ ਗੈਸ ਕਰੋ ਮੇਰਾ ਟੈਲੈਂਟ ਕੀ ਸੀ ਕੋਈ ਗੈਸ ਕਰ ਸਕਦਾ ਨਹੀਂ ਨਹੀਂ ਬਚਪਨ ਚ ਮੈਂ ਐਡੀ ਨਹੀਂ ਬੋਲਦੀ ਸੀ ਇਹ ਤਾਂ ਹੁਣ ਨਵਾਂ ਨਵਾਂ ਸ਼ੌਂਕ ਚੱਕ ਕੇ ਮੇਰੇ ਮੇਰਾ ਟੈਲੈਂਟ ਪਤਾ ਕੀ ਸੀ ਖਾਣਾ ਖਾਣਾ ਮੰਮੀ ਨੇ ਕੋਲੀ ਭਰ ਕੇ ਮੈਨੂੰ ਦਲੀਆ ਦੇਣਾ ਤੇ ਕਹਿਣਾ ਮੈਨੂੰ ਖਾ ਕੇ ਦਿਖਾ ਤੇ ਮੇਰਾ ਖਾਣ ਦਾ ਟੈਲੈਂਟ ਮੈਂ ਕਹਿੰਦੀ ਮਾਸ਼ਾਅੱਲਾ ਤੁਸੀਂ ਮੂੰਹ ਦੇਖ ਲਓ ਫਿਦਾ ਹੋ ਜੂਗੀ ਮੇਰੇ ਤੇ ਭਾਵੇਂ ਬਾਅਦ ਚ ਮੈਨੂੰ ਨੈਪਕਿਨ ਦੇ ਕੇ ਜਾਊਂਗੀ ਸਾਫ਼ ਕਰਨ ਲਈ ਬਟ ਇਟਸ ਓਕੇ ਸੋ ਸਾਡੇ ਜਿਹੜੇ ਨੈਕਸਟ ਪਰਫਾਰਮਰ ਨੇ ਨਾ ਉਹ ਕੁਝ ਏਦਾਂ ਦੀ ਹੀ ਲਾਈਫ ਵਿਖਾਉਣ ਵਾਲੇ ਆ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਕਿਸ ਤਰ੍ਹਾਂ ਸਾਡੇ ਵਿੱਚ ਚੇਂਜਸ ਆਉਂਦੇ ਨੇ ਕਿੰਨੀ ਸਾਡੀ ਜ਼ਿੰਦਗੀ ਬਦਲਦੀ ਹੈ ਵਿਆਹ ਤੋਂ ਬਾਅਦ ਤਾਂ ਵੈਸੇ ਵੀ ਜ਼ਿੰਦਗੀ ਬਹੁਤ ਬਦਲ ਜਾਂਦੀ ਹੈ ਇਹ ਮੈਂ ਆਪਣੇ ਐਕਸਪੀਰੀਅੰਸ ਨਾਲ ਨਹੀਂ ਕਹਿ ਰਹੀ ਕਿਉਂਕਿ ਮੇਰਾ ਵਿਆਹ ਹੀ ਨਹੀਂ ਹੋਇਆ ਤੇ ਜੈਸੇ ਮੇਰੀ ਹਰਕਤਾਂ ਮੇਰਾ ਹੋਣਾ ਵੀ ਨਹੀਂ ਮੈਨੂੰ ਪਤਾ ਹੈ ਮੇਰੇ ਸੱਸ ਨੇ ਆਉਣਾ ਮੇਰੀ ਸੱਸ ਨੇ ਮੇਰੇ ਤੋਂ 2-4 ਸਵਾਲ ਪੁੱਛਣਾ ਮੈਂ ਬੰਦੇ ਚੋਂ 4 ਸਵਾਲ ਪੁੱਛਣਾ ਉਹਨੇ ਕਹਿਣਾ ਨਾ ਨਾ ਜੀ ਨੂੰ ਬੜਾ ਬੋਲਦੀ ਹੈ ਨਹੀਂ ਚੁੱਪ ਰਹਿ ਤੂੰ ਤਾਂ ਵੈਸੇ ਅੱਜ ਕੱਲ੍ਹ ਦੀ ਨੂੰ ਸਾਰੀ ਹੀ ਮਾਡਰਨ ਹੋ ਗਈ ਹੈ ਹਰ ਕੋਈ ਬਹੁਤ ਹੀ ਬੋਲਦੀ ਹੈ ਹਾਲਾਂਕਿ ਬੋਲਦੀ ਸਿਰਫ ਸਨੈਪਚੈਟ ਤੇ ਆਪਣੇ ਟਿਕਟੌਕ ਤੇ ਹੀ ਹੈ ਤੇ ਅੱਜ ਕੱਲ੍ਹ ਦੇ ਜਿਹੜੇ ਨਵੇਂ ਦੌਰੇ ਚੱਲ ਰਹੇ ਨੇ ਟਿਕਟੌਕ ਦੇ ਉਹ ਤਾਂ ਲਾਜਵਾਬ ਹੀ ਐਨੀਵੇ ਸਾਡੇ ਜਿਹੜੇ ਅੱਜ ਦੇ ਨਵੇਂ ਕੰਟੈਸਟੈਂਟ ਨੇ ਉਹਨਾਂ ਦਾ ਮੈਂ ਵੈਲਕਮ ਕਰਨਾ ਚਾਹੂੰਗੀ ਕੰਟੈਸਟੈਂਟ ਨੰਬਰ 30 ਜੈਸਮੀਨ ਜ਼ੋਰਾ ਤਾਲੀਆਂ ਹੋ ਜਾਂਦੀ ਕਰੋ ਉਹਨਾਂ ਦੀ ਥੈਂਕ ਯੂ ਸੋ ਮੱਚ Chess
ਨੇ ਕਰਕੇ ਦਿਖਾਈ ਹੈ ਤੁਹਾਨੂੰ ਦੱਸਿਆ ਕਿ ਲੜਕੀਆਂ ਦੀ ਜਿਹੜੀ ਲਾਈਫ ਹੁੰਦੀ ਹੈ ਵਿਆਹ ਤੋਂ ਪਹਿਲਾਂ ਕਿੱਦਾਂ ਦੀ ਹੁੰਦੀ ਹੈ ਤੇ ਵਿਆਹ ਤੋਂ ਬਾਅਦ ਕਿੱਦਾਂ ਦੀ ਹੁੰਦੀ ਹੈ ਬਟ ਨੈਕਸਟ ਪਰਫਾਰਮੈਂਸ ਨੂੰ ਬੁਲਾਉਣ ਤੋਂ ਪਹਿਲਾਂ ਮੈਂ ਇੱਕ ਸਿੰਗਰ ਤੁਹਾਡੇ ਸਾਹਮਣੇ ਬੁਲਾਉਣਾ ਚਾਹੂੰਗੀ ਪੱਪੀ ਗਿੱਲ ਜ਼ਰਾ ਜ਼ੋਰਦਾਰ ਤਾਲੀਆਂ ਨਾਲ ਸਵਾਗਤ ਕਰੋ ਸਟੇਜ ਤੇ ਆ ਰਹੇ ਨੇ ਪੱਪੀ ਗਿੱਲ ਜੀ
ਮੈਨੇ ਦੱਸਿਆ ਕਿ ਮੇਰਾ ਆਪਰੇਸ਼ਨ ਹੋਣ ਕਰਕੇ ਥੋੜ੍ਹੀ ਗਲੇ ਦੀ ਪ੍ਰੋਬਲਮ ਹੈ ਸੋ ਇੰਨੀ ਖਾਤਰੀ ਕਬੂਲ ਹੈ ਜੀ ਹਾਂਜੀ ਰਾਜ ਭਾਅ ਜੀ ਠੀਕ ਹੈ ਥੈਂਕ ਯੂ ਵੈਰੀ ਮੱਚ ਤਾੜੀ ਇਹਨਾਂ ਨੇ ਹੌਲੀ ਮਾਰਨੀ ਹੈ ਕਿਉਂਕਿ ਇੱਕ ਹੱਥ 'ਚ ਇਹਨਾਂ ਨੇ ਮੋਬਾਈਲ ਫੜੇ ਹੋਏ ਆ ਵੀਡੀਓ ਬਣਾਉਣ ਦੇ ਲਈ ਸਾਰਿਆਂ ਨੇ ਸਨੈਪਚੈਟਾਂ 'ਤੇ ਵੀਡੀਓ ਪੋਸਟ ਕਰਕੇ ਪਾ ਲਈਆਂ ਨੇ ਸੋ ਅੱਜ ਦੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਸਾਨੂੰ ਸਪੋਰਟ ਕੀਤਾ ਹੈ ਡੀਸੈਂਟ ਓਵਰਸੀਜ਼ ਨੇ ਅੰਸ਼ ਲੈਗਾ ਹਾਊਸ ਜਗਰਾਓ ਸਚਿਨ ਵਰਮਾ ਰੂਪਸੀ ਮੇਕਓਵਰ ਹੋਟਲ ਗੁਲਮੋਰ ਇਸ ਦੇ ਨਾਲ ਹੀ ਨੈਕਸਟ ਪਰਫਾਰਮਰ ਨੂੰ ਮੈਂ ਇਨਵਾਈਟ ਕਰਨਾ ਚਾਹਾਂਗੀ ਸਟੇਜ 'ਤੇ ਪਰਫਾਰਮੈਂਸ ਦੇ ਲਈ ਜ਼ੋਰਦਾਰ ਤਾੜੀਆਂ ਹੋ ਜਾਣ ਮੋਬਾਈਲ ਸਾਈਡ 'ਤੇ ਰੱਖ ਦਿਓ Jasveer, next performer. ਬਬੀਨਾ ਦੀ ਦੇਖੋ ਕਿਹੜੇ ਗਾਣੇ ਤੇ ਕੀ ਪਰਫਾਰਮੈਂਸ ਕਰਨ ਲੱਗੀ ਹੈ ਬਬੀਨਾ